ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਗ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇ। ਤੇ ਮਿੱਠਾ ਜੀ ਪਾਕਿਸਤਾਨ ਤੋਂ اسلامਾਬਾਦ ਤੋਂ ਬਹੁਤ ਵੱਡੀ ਬ੍ਰੇਕਿੰਗ ਖਬਰ ਜਿਹੜੀ ਹੈ ਤਾਜ਼ਾ ਤਰੀਨ ਖਬਰ ਮੈਂ ਤੁਹਾਡੀ ਖidmat ਦੇ ਵਿੱਚ ਲੈ ਕੇ ਹਾਜ਼ਰ ਹੋ ਚੁੱਕਿਆ। ਮੈਂ ਬੜਾ ਤੁਹਾਨੂੰ ਪਿਛਲੇ ਦਿਨਾਂ ਤੋਂ ਕਹਿ ਰਿਹਾ ਸੀ ਔਰ ਜੋ ਜੋ ਖਬਰਾਂ ਮੇਰੇ ਕੋਲ ਆ ਰਹੀਆਂ ਸੀ ਜਿਹੜੇ ਜਿਹੜੇ ਜ਼ਰਾਇਦ ਨਾਲ ਮੇਰੇ ਕੋਲ ਖਬਰਾਂ ਆ ਰਹੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਨਾ ਉਹ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਦੇਖੋ ਪਾਕਿਸਤਾਨ ਸਾਰਿਆਂ ਦਾ ਮੁਲਕ ਹੈ ਠੀਕ ਹੈ ਨਾ ਜੀ ਇਸ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਕੁਝ ਐਸੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ ਜੋ ਅਸੀਂ ਤਵਾਤਰ ਨਾਲ ਕਹਿ ਰਹੇ ਸੀ ਉਹਨਾਂ ਤੇ ਕਾਂਟਾ ਵੱਜ ਗਿਆ ਤੇ ਇੱਕ ਨਵਾਂ ਕੰਮ ਜਿਹੜਾ ਇੱਕ ਨਵਾਂ ਖੇਲ ਜਿਹੜਾ ਉਹ ਸ਼ੁਰੂ ਹੋ ਗਿਆ ਠੀਕ ਹੈ ਨਾ ਕਿਉਂਕਿ ਖਬਰਾਂ ਸਾਰੀਆਂ ਦੇਣੀਆਂ ਚਾਹੀਦੀਆਂ ਨੇ ਭਾਵੇਂ ਉਹ ਖਾਨ ਸਾਹਿਬ ਦੀ ਹਮਾਇਤ ਵਿੱਚ ਹੋਣ ਜਾਂ ਉਹਨਾਂ ਦੀ ਮੁਹਾਲਫਤ ਵਿੱਚ ਹੋਣ ਦੇਖੋ ਨਾ ਮੁਕਾਬਲਾ ਪਾਕਿਸਤਾਨ ਦਾ ਔਰ ਖਾਨ ਸਾਹਿਬ ਦਾ ਔਰ ਖਾਨ ਸਾਹਿਬ ਜਿੱਤੇ ਨਜ਼ਰ ਆ ਰਹੇ ਨੇ ਇਹ ਮੁਕਾਬਲਾ ਬੜੀ ਵੱਡੀ ਖਬਰ ਲੈ ਕੇ ਮੈਂ ਤੁਹਾਡੀ خدمت ਵਿੱਚ ਹਾਜ਼ਰ ਹੋ ਚੁੱਕਿਆ ਖਬਰ ਹੈ ਵੇ ਕਿ ਖਬਰਾਂ ਕੀ ਚੱਲ ਰਹੀਆਂ ਕਿ ਖਾਨ ਸਾਹਿਬ ਦੀ ਡੀਲ ਹੋ ਗਈ ਹੈ ਔਰ ਖਾਨ ਸਾਹਿਬ ਦੁਬਾਰਾ ਵਜ਼ੀਰ ਆਜ਼ਮ ਬਣ ਰਹੇ ਨੇ ਚਾਏ ਸਾਨੂੰ ਪਸੰਦ ਆਏ ਪਟਵਾਰੀਆਂ ਨੂੰ ਜਾਂ ਜਿਆਲਿਆਂ ਨੂੰ ਜਾਂ ਪਸੰਦ ਨਾ ਆਏ ਇਹ ਡੀਲ ਹੋ ਗਈ ਜ ਮਿੱਠਾ ਜੀ ਔਰ ਇਹ ਜਿਹੜੀ ਡੀਲ ਹੋਈ ਏ ਇਹ ਕਿਸ ਤਰ੍ਹਾਂ ਹੋਈ ਕਿਦੇ ਕਿਦੇ ਨਾਲ ਹੋਈ ਕੌਣ ਕੌਣ ਇਹਦੇ ਚ ਮਲਬੂਸ ਸੀ ਜਾਂ ਕੌਣ ਕੌਣ ਇਹਦੇ ਵਿੱਚ ਜਿਨੇ ਇਹ ਪੇਚੇ ਸਾਰੇ ਪਾਏ ਨੇ ਔਰ ਖਾਨ ਸਾਹਿਬ ਦੀ ਸੁਲ੍ਹਾ ਕਰਵਾਈਏ ਔਰ ਖਾਨ ਸਾਹਿਬ ਦੁਬਾਰਾ ਵਜ਼ੀਰ ਆਜ਼ਮ ਬਣ ਰਹੇ ਨੇ ਕਿਸ ਦਿਨ ਬਣ ਰਹੇ ਨੇ ਕਿਸ ਦਿਨ ਹਲਫ ਉਠਾਣਗੇ ਕਿਸ ਸਮਾਂ ਹੋਏਗਾ ਔਰ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਇਹ ਮਿਸ਼ੌਰੀ ਐਡਵਾਂਸ ਦੇ ਵਿੱਚ ਕੀਤੀ ਜਾ ਰਹੀ ਹੈ ਬੜੀ ਤਹਿਕੀਕ ਕੀਤੀ ਮਠਾਜੀ ਅਸੀਂ ਵੀ ਬੜੀ ਕੋਸ਼ਿਸ਼ ਕੀਤੀ ਹੈ ਬੈਦੇ ਕੁਲਜਾਨ ਛੁੱਟ ਗਿਆ ਲੇਕਿਨ ਹੁਣ ਕੀ ਕਰੀਏ ਅਸੀਂ ਤੇ ਆਪਣੇ ਤਾਂ ਹੀ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਹੁਣ ਕੋਈ ਉੱਥੇ ਬੈਠੇ ਤੇ ਨਹੀਂ ਨਾ ਬਸ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਫੈਸਲਾ ਤੇ ਕਰਨਾ ਹੈ ਫੈਸਲਾ ਸਾਜ਼ ਕੰਪਨੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਡੀਰ ਅਸੰ ਕਰ ਲਈਏ ਤੇ ਖਾਂ ਸਭ ਦੁਬਾਰਾ ਵਜ਼ੀਰ ਆਜ਼ਮ ਨੇ ਖਾਨ ਸਾਹਿਬ ਦਾ ਜਾਦੂ ਜਿਹੜਾ ਇਹ ਚੱਲ ਗਿਆ ਬੜਾ ਵੱਡਾ ਤਹਿਲਕਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਚੁੱਕੇ ਆ ਇੰਤਜ਼ਾਮਾਤ ਜਿਹੜੇ ਨੇ ਇਸਲਾਮਾਬਾਦ ਦੇ ਵਿੱਚ ਮੁਕੰਮਲ ਹੋ ਚੁੱਕੇ ਨੇ ਚਾਹੇ ਤੁਹਾਨੂੰ ਅੱਛਾ ਲੱਗੇ ਜਾਂ ਬੁਰਾ ਲੱਗੇ ਹੁਣ ਸਾਰੀ ਤੁਸੀਂ ਇਸ ਡੀਲ ਦੀ ਤਫਸੀਲ ਸੁਣ ਲਓ ਦੋ ਤਿੰਨ ਦਿਨ ਪਹਿਲੇ ਗੱਲ ਬੜੀ ਧਿਆਨ ਨਾਲ ਸੁਣਨੀ ਹੈ ਮਿੱਠਾ ਜੀ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਹੋਣ ਜਾਂ ਸ਼ਬਾਸ਼ ਸ਼ਰੀਫ ਸਾਹਿਬ ਜਾਂ ਜ਼ਰਦਾਰੀ ਸਾਹਿਬ ਸਾਰੇ ਹੀ ਕਾਬਿਲ ਇhtਰਾਮ ਨੇ ਠੀਕ ਹੈ ਨਾ ਜੀ ਇਸ ਵਾਸਤੇ ਗੱਲ ਤੇ ਤਵੱਜੋ ਦੇਣੀ ਹੈ ਬਟ ਡੀਲ ਕਿਸ ਤਰ੍ਹਾਂ ਹੋਈ ਕਿਵੇਂ ਕਿਵੇਂ ਹੋਈ ਅਸਲ ਤੇ ਮਕਸਦ ਇਸ ਇਸ ਸਟੋਰੀ ਦਾ ਇਹ ਇਹ ਨਾ ਬਟ ਡੀਲ ਕਿਸ ਤਰ੍ਹਾਂ ਹੋ ਗਈ ਬਈ ਇੱਕ ਪਾਸੇ ਉਹ ਨਾਹਲ ਹੋਈ ਜਾ ਰਿਹਾ ਜੇਲ ਜਾ ਰਿਹਾ ਸੀ ਇੰਤਜ਼ਾਮਾਤ ਹੋ ਰਿਹਾ ਸੀ ਤੇ ਯਕਦਾ ਮੈਂ وزیراعظم ਕਿਦ ਤਰ੍ਹਾਂ ਬਣਨ ਲੱਗ ਗਿਆ ਅਸਰ ਗੱਲ ਤੁਹਾਨੂੰ ਦੱਸਣਾ ਬਣਦੀ ਏ ਕਿ ਨਹੀਂ ਬਣਦੀ ਮਿੱਠਾ ਜੀ ਪਾਕਿਸਤਾਨ ਦਾ ਮਾਮਲਾ 3-4 ਦਿਨ ਪਹਿਲੇ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਅਚਾਨਕ ਨਾ ਇਹ ਗੱਲ ਉਸ ਰਾਤ ਦੀ ਜਿਸ ਰਾਤ ਖਾਨ ਸਭ 6 ਸੀਟਾਂ ਜਿੱਤਦੇ ਔਰ بڑا جشن ਹੁੰਦਾ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਤੇ ਇੰਜ ਸੀ ਕਿ ਬਿਲਕੁਲ ਖਾਨ ਸਾਹਿਬ ਨੇ ਪੂਰੇ ਪਾਕਿਸਤਾਨ ਦੇ ਵਿੱਚੋਂ 272 ਸੀਟਾਂ ਜਿੱਤ ਲਈਆਂ ਨੇ ਤੇ ਬਸ ਹੁਣ ਗੱਲ ਜਿਹੜੀ ਹੈ ਉਹ ਅੱਗੇ ਟੁਰ ਪਈ ਹੈ ਉਹਨਾਂ ਨੇ ਇਹੀ ਸਮਾਂ ਬੰਨਿਆ ਸੀ ਉਹ ਜਾਇਜ਼ ਵੀ ਗੱਲ ਸੀ ਖਾਨ ਸਾਹਿਬ 6 ਸੀਟਾਂ ਜਿੱਤੇ ਤੇ ਜਿਹੜੀ ਗੱਲ ਹੈ ਖਾਨ ਸਾਹਿਬ ਕੋਲ ਹੋਰ ਉਮੀਦਵਾਰ ਜੁ ਕੋਈ ਨਹੀਂ ਸੀ ਤੇ ਉਹਨਾਂ ਜਿੰਨੀਆਂ ਸੀ ਪੰਜਾਬ ਦੀ ਹਕੂਮਤ ਵੀ ਆਪਣੇ ਕੋਲ ਸੀ ਪਖਤੂਨ ਹਾਂ ਦੀ ਵੀ ਸੀ ਉਹਨਾਂ ਨੇ ਜਿੱਤ ਲਈਆਂ ਇਹ ਅਸੀਂ ਮੁਬਾਰਕਬਾਦ ਅਗੀ ਖਾਨ ਸਾਹਿਬ ਨੂੰ ਦੇ ਚੁੱਕੇ ਹਾਂ ਨਾਲ ਹੀ ਯਕਦਮ ਨਾ ਟਵਿੱਟਰ ਜਿਹੜਾ ਨਾ ਇਹਨਾਂ ਦਾ ਤਰੀਕਾ ਇਨਸਾਫ ਦਾ ਜਿੰਨਾ ਵੀ ਸੋਸ਼ਲ ਮੀਡੀਆ ਦੁਬਈ ਵਾਲਾ ਪੀਰਨੀ ਵਾਲਾ ਇੰਡੀਆ ਵਾਲਾ ਆਸਟ੍ਰੇਲੀਆ ਵਾਲਾ ਮਲੇਸ਼ੀਆ ਵਾਲਾ ਇਹ ਸਾਰੇ ਦੇ ਸਾਰੇ ਨਾ ਇੱਕ ਡਗਰ ਤੇ ਚੱਲ ਪੈਂਦੇ ਨੇ ਕਿ ਖਾਨ ਸਾਹਿਬ ਜਿਹੜੇ ਨੇ ਅਗਲੇ 6 ਹਫ਼ਤੇਾਂ ਬਾਅਦ ਯਾਨੀ ਕਿ 30 ਨਵੰਬਰ ਤੱਕ 30 ਨਵੰਬਰ ਨੂੰ ਹਲਫ਼ ਉਠਾ ਰਹੇ ਨੇ ਵਜ਼ਾਰਤ ਉਸਮਾਨ ਦਾ ਇਹਦੇ ਦੌਰਾਨ ਹੀ ਇੱਕ ਕੁਝ ਸਾਬਕਾ ਫੌਜੀ ਅਫਸਰ ਹੈ ਕੋਈ ਕੁਬਰਗੈਡੀਅਰ ਰੈਂਕ ਦਾ ਉਹਨੇ ਨਾ WhatsApp ਗਰੁੱਪਾਂ ਦੇ ਵਿੱਚ ਇੱਕ ਮੈਸੇਜ ਜਿਹੜਾ ਨਾ ਉਹ ਫੈਲਾਣਾ ਸ਼ੁਰੂ ਕਰ ਦਿੱਤਾ ਤਰੀਕੇ ਇਨਸਾਫ ਦੇ ਜਿਹੜੇ ਵੱਡੇ ਵੱਡੇ WhatsApp ਗਰੁੱਪ ਨੇ ਜਿਹਦੇ ਵਿੱਚ ਸਾਰੀ ਕਿਆਦਤ ਹੈ ਗੱਲ ਬੜੀ ਧਿਆਨ ਨਾਲ ਸੁਣਨੀ ਹੈ ਪਟਵਾਰੀ ਅੱਗੇ ਅੱਗੇ ਆ ਜਾ ਕਿਉਂਕਿ ਅੱਜ ਯੂਥੀਆਂ ਦੀ ਜਿੱਤ ਹੈ ਤੇ ਪਟਵਾਰੀ ਜਰਾ ਅੱਗੇ ਕੇ ਆ ਜਾ ਬੜਾ ਤੁਹਾਨੂੰ ਸ਼ੌਕ ਸੀ ਨਾ ਪਰ ਛੱਠਾ ਸਾਹਿਬ ਰੋਜ਼ ਕਹਿੰਦੇ ਨੇ ਜਾ ਰਿਹਾ ਤੇ ਵਾਕਈ ਜਾ ਰਿਹਾ ਇਹ ਕੰਮ ਉਲਟੀ ਗੇਮ ਪੈ ਗਈ ਜੀ ਅੱਗੇ ਅੱਗੇ ਪਟਵਾਰੀ ਜਰਾ ਆਜੋ ਅੱਛਾ ਉਹ ਕੁ ਰਿਟਾਇਰ ਬਰਗੇਡੀਅਰ ਨੇ ਪਤਾ ਨਹੀਂ ਕੀ ਉਹਦਾ ਨਾਮ ਹੈ ਉਹਨੇ ਤੁਮਾ ਦਿੱਤੀ ਇਹ ਗਰੁੱਪਾਂ ਦੇ ਵਿੱਚ ਕੇ ਡੀਲ ਹੋ ਗਈ ਡੀਲ ਕੀ ਹੋਈ ਹੈ ਕਿ ਖਾਨ ਸਾਹਿਬ ਦੇ ਸਾਰੇ ਕੇਸ ਮਾਫ ਹੋ ਜਾਣਗੇ ਔਰ ਖਾਨ ਸਾਹਿਬ ਜਿਹੜੇ ਆ ਐਮਕਯੂਐਮ ਜਿਹੜੀ ਆ ਇੰਦਰ ਆ ਰਹੀ ਹੈ ਤੇ ਇਹ 30 ਨਵੰਬਰ ਨੂੰ ਹਲਫ ਉਠਾ ਰਹੇ ਨੇ ਖਾਨ ਸਾਹਿਬ ਤਰੀਕਿਅਤ ਮਤਮਦ ਲੈ ਕੇ ਆਣਗੇ ਔਰ ਸ਼ਿਵਾਸ਼ਰੀਫ ਸਾਹਿਬ ਨੂੰ ਗਰਾ ਦੇਣਗੇ ਔਰ ਹਕੂਮਤ ਜਿਹੜੀ ਇਹ ਏ ਬਹੁਤ ਜਲਦ ਜਿਹੜੀ ਖਾਨ ਸਾਹਿਬ ਦੀ ਆਜੇਗੀ 30 ਨਵੰਬਰ ਨੂੰ ਹਲਫਬਰਦਾਰੀ ਹੋਏਗੀ ਖਾਨ ਸਾਹਿਬ ਦੀ ਵਜ਼ਾਰਤ-ਏ-ਉਜ਼ਮਾ ਦੀ ਅਸਾਂ ਸਜੇਖਾ ਮੈਂ ਪਤਾ ਕੀਤਾ ਰਾਬਤਾ ਕੀਤਾ ਉਹਨਾਂ ਕਹਿੰਦੇ ਜੀ ਬਿਲਕੁਲ ਡੀਲ ਹੋ ਗਈ ਹੈ ਹੁਣ ਖਾਨ ਸਾਹਿਬ ਨੇ ਮੀਟਿੰਗ ਬੁਲਾਈ ਆਪਣੇ ਕਰੀਬੀ 8-10 ਜਿਹੜੇ ਲੋਕ ਸੀ ਉਹਨਾਂ ਨੂੰ ਬੁਲਾਇਆ ਬੁਲਾ ਕੇ ਮੀਟਿੰਗ ਕੀਤੀ ਉਹਨਾਂ ਕਹਿੰਦਾ ਹਾਂ ਭਈ ਡੀਲ ਤਾਂ ਗਈ ਹੈ ਹੋ ਹੁਣ ਕੀ ਕਰਨਾ ਉਹਨਾਂ ਸਭ ਤੋਂ ਪਹਿਲੇ ਅਸਦ ਉਮਰ ਨੂੰ ਪੁੱਛਿਆ ਉਹਨਾਂ ਕਹਿੰਦਾ ਹਾਂ ਭਈ ਕੀ ਚੱਕਰ ਹੈ ਕਿਤੋਂ ਤੱਕ ਗੱਲ ਪਹੁੰਚੀ ਉਹਨਾਂ ਕਹਿੰਦਾ ਜੀ ਡੀਲ ਹੋ ਗਈ ਹੈ 3 ਨੰਬਰ ਨੂੰ ਤੁਸੀਂ ਹਲਫ ਉਠਾ ਰਹੇ ਹੋ ਔਰ ਉਸ ਤੋਂ ਬਾਅਦ ਪੰਜਾਬ ਅੱਗੇ ਤੁਹਾਡੇ ਕੋਲ ਪਖਤੂਨ ਹਾਰ ਤੁਸੀਂ ਵਜ਼ੀਰ ਆਜ਼ਮ ਦੁਬਾਰਾ ਬਣੋਗੇ ਔਰ ਆਰਮੀ ਚੀਫ ਵੀ ਤੁਸੀਂ ਲਾਓਗੇ ਔਰ ਸਾਰਾ ਕੰਟਰੋਲ ਮੁਲਕ ਦਾ ਤੁਹਾਡੇ ਹੱਥ ਚ ਹੋਏਗਾ ਔਰ ਜ਼ਹਰੀ ਗੱਲ ਹੈ ਜਿਹੜਾ ਤੁਹਾਡਾ ਗੁਲਾ ਮਨਸੂਬਾ ਸੀ ਸਦਰੇ ਪਾਕਿਸਤਾਨ ਬਣਨ ਦਾ ਉਹ ਵੀ ਹੋ ਜਾਏਗਾ ਪੂਰਾ ਨਾਲ ਉਹਨੇ ਨਾਲ ਦਿਨ ਪੁੱਛਿਆ ਸ਼ਿਬਰੀ ਫਰਾਜ਼ ਨੂੰ ਉਹਨੇ ਕਿਹਾ ਹਾਂ ਬਈ ਕੀ ਕਰਨਾ ਹੈ ਕਿ ਡੀਲ ਕਿੱਥੇ ਪਹੁੰਚੀ ਹੈ ਉਹਨੇ ਕਿਹਾ ਜੀ ਡੀਲ ਹੋ ਗਈ ਹੈ ਔਰ ਉਹਨਾਂ ਨੇ ਕਹਿਤਾ ਕਿ ਤੁਸੀਂ ਆਪਣਾ 3 ਨਵੰਬਰ ਨੂੰ ਹਲਫ ਉਠਾ ਰਹੇ ਔਰ ਸਾਰੇ ਜਿਹੜੇ ਤੁਹਾਡੇ ਪਲਾਨ ਰਹਿ ਗਏ ਸੀ ਅੱਗੇ ਉਹ ਸਾਰੇ ਦਾ ਸਾਰਾ ਤੁਸੀਂ ਜਿਹੜਾ ਨਾ ਇਹ ਪੂਰਾ ਕਰ ਲੈਣਾ ਐਟਮੀ ਪ੍ਰੋਗਰਾਮ ਹੋ ਗਿਆ ਫੌਜ ਹੋ ਗਈ ਸੂਬੇ ਹੋ ਗਏ ਜੋ ਵੀ ਤੁਹਾਡਾ ਇੱਕ ਪਾਕਿਸਤਾਨ ਦੀ ਭਲਾਈ ਆਸਤੇ ਪੈਗਾਮ ਸੀ ਉਹ ਸਾਰੇ ਤੁਸੀਂ ਫਿਰ ਪੂਰੇ ਕਰ ਲੈਣੇ ਨੇ ਪਲੈ ਤੇ 30 ਨਵੰਬਰ ਨੂੰ ਤੁਸੀਂ ਹਲਫ ਉਠਾ ਰਹੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਫੈਸਲ ਜਵੇਦ ਨੂੰ ਪੁੱਛਿਆ ਉਹ ਸਿਆਲਕੋਟ ਵਾਲੇ ਨੂੰ ਪੁੱਛਿਆ ਉਹ ਆਂਡੋ ਬਾਂਡੋ ਨੂੰ ਇਸ ਤਰ੍ਹਾਂ ਹੋਰ ਵੀ ਜਿਹੜੇ ਪੰਜ ਸੱਤ ਮੁਰਾਦ ਸੈਦ ਨੂੰ ਪੁੱਛਿਆ ਤਾਂ ਮੁਰਾਦ ਸੈਦ ਤੇ ਜਜ਼ਬਾਤੀ ਹੋ ਗਿਆ ਮੁਰਾਦ ਸਹੀਦ ਦੇ ਜਜ਼ਬਾਤ ਤੁਹਾਨੂੰ ਪਤਾ ਹੈ ਵਜ਼ੀਰ ਆਜ਼ਮ ਉਹ ਬਣ ਜਾਤੇ ਸਨ ਵਜ਼ੀਰ ਆਜ਼ਮ ਮੁਰਾਦ ਸਹੀਦ ਹੀ ਹੈ ਨਾ ਖੁਸ਼ੀ ਨਾਲ ਨਟਾਲ ਸੀ ਉਹ ਕਹਿੰਦਾ ਖਾਨ ਸਾਹਿਬ ਤੁਸੀਂ ਬਣ ਰਹੇ ਹੋ ਡੀਲ ਹੋ ਗਈ ਇਹ ਸਾਰਾ ਕੁਝ ਇੰਤਜ਼ਾਮ ਹੋ ਰਿਹਾ ਫੁੱਲਾਂ ਦੇ ਢੇਰ ਵੀ ਇਹ ਉਹ ਬੈਂਡ ਬਾਜੇ ਸਾਰਾ ਕੁਝ ਖਾਨ ਸਾਹਿਬ ਤਿਆਰ ਹੈ ਤੇ 3 ਨਵੰਬਰ ਨੂੰ ਤੁਸੀਂ ਜਿਹੜਾ ਨਾ ਹਲਫ ਉਠਾ ਰਹੇ ਹੋ ਡੀਲ ਸਾਰੀ ਹੋ ਗਈ WhatsApp ਗਰੁੱਪਾਂ ਚੱਲ ਜਾਂਦਾ ਹੈ ਔਰ ਪਿਛਲੇ 24 ਘੰਟਿਆਂ ਤੋਂ ਟਵਿੱਟਰ ਦੇ ਉੱਤੇ ਤੇ ਇੱਕੋ ਹੀ ਗੱਲ ਚ ਆ ਰਹੀ ਹੈ ਕਿ ਅਨਕਰੀਬ ইমরান ਖਾਨ ਹਲਫ ਉਠਾ ਰਹੇ ਨੇ ਜ਼ੈਰੀ ਗੱਲ ਇੱਕ ਡੀਲ ਜੂ ਹੋ ਗਈ ਤੇ ਹਲਫ ਤੇ ਉਠਾਣਾ ਹੀ ਹੈ ਨਾ ਮਿੱਠਾ ਜੀ ਠੀਕ ਉਹ ਸਰਕਾਰ ਆਖਰ ਤੇ ਅਸੀਂ ਵੀ ਨਾਲ ਨਾਲ ਪੁੱਛਦੇ ਰਹਿ ਜਿਵੇਂ ਜਿਵੇਂ ਇਹ ਇਹਨਾਂ ਦਾ ਸਿਸਟਮ ਚੱਲਦਾ ਰਿਹਾ ਉਹਨੇ ਆਖਰ ਤੇ ਸਾਰਿਆਂ ਨੂੰ ਪੁੱਛਿਆ ਕਿ ਹਾਂ ਵੀ ਦੱਸੋ ਡੀਲ ਹੋ ਗਈ ਏ ਕਿ ਨਹੀਂ ਹੋ ਗਈ ਗੱਲ ਕਿੱਥੇ ਪਹੁੰਚੀ ਏ ਤੇ ਕਦੋਂ ਮੈਂ ਹਲਫ ਉਠਾਣਾ ਸਾਰਿਆਂ ਨੇ ਇੱਕ ਜੁਬਾਨ ਹੋ ਕੇ ਕਿਹਾ ਕਿ ਸਰ ਡੀਲ ਹੋ ਗਈ ਹੈ اور بریگیڈیئر صاحب ਜਿਹੜੇ ਨੇ ਉਹਨਾਂ ਨੇ ਮੈਸੇਜ ਵੀ ਸਾਬਕਾ بریگیਡੀਅਰ ਸੀ ਕੋਈ ਉਹ ਫਲਾ ਜਤਾ ਕੇ ਜੀ ਇਹ ਸਾਰਾ ਕੁਝ ਇਹ ਤੇ ਇਹ ਸਾਹਮਣੇ ਉਹਦਾ ਪ੍ਰਿੰਟ ਆਊਟ ਤੇ ਸਾਰਾ ਕੁਝ ਜਿਹੜਾ ਨੇ ਇਹ ਠੀਕ ਹੋ ਗਿਆ ਉਹ ਆਖਰ ਤੇ ਉਹਨੇ ਫਵਾਦ ਚੌਧਰੀ ਨੂੰ ਪੁੱਛਿਆ ਨੇ ਕਿ ਤੂੰ ਕਿਉਂ ਚੁੱਪ ਹੈ ਤੂੰ ਦੱਸ ਨਾ ਤੂੰ ਬੜਾ ਇੱਧਰ ਉੱਧਰ ਸੱਜੇ ਖੱਬੇ ਅੱਜ ਕੱਲ ਨਜ਼ਰ ਨਹੀਂ ਆ ਰਿਹਾ ਤੂੰ ਦੱਸ ਬਦਲ ਕਿੱਥੇ ਪਹੁੰਚੀ ਤੂੰ ਕਾਨੂੰਨਦਾਨ ਵੀ ਹੈ ਤੂੰ ਵਕੀਲ ਵੀ ਹੈ ਔਰ ਤੂੰ ਇਹ ਇਨਫਰਮੇਸ਼ਨ ਤਾਂ ਵਜ਼ੀਰ ਵੀ ਰਹਿ ਚੁਕੇ ਆਂ ਔਰ ਮਤਲਬ ਇਹ ਤੂੰ ਬੜਾ ਐਕਟਿਵ ਜਿਹਾ ਕਾਰਕਟਰ ਨੇ ਸਾਡਾ ਤਾਂ ਤੂੰ ਦੱਸ ਤੂੰ ਕਿਉਂ ਚੁੱਪ ਐ ਸਾਰੇ ਤੇ ਕਹਿ ਰਹੇ ਨੇ ਡੀਲ ਹੋ ਗਈ ਉਹਨੇ ਕਿਹਾ ਖਾਨ ਸਾਹਿਬ ਸੱਚੀ ਦੱਸਾ ਉਹਨੇ ਕਿਹਾ ਹਾਂ ਉਹਨੇ ਕਿਹਾ ਖਾਨ ਸਾਹਿਬ ਇਹ ਇਹ ਜਿਹੜਾ ਤੁਸੀਂ ਆ ਮੈਸੇਜ ਲੈ ਕੇ ਲੈ ਕੇ ਫਿਰਦੇ ਹੋ ਨਾ ਸਾਫ ਦਾ ਬਰਗੇਡੀਅਰ ਇਹ ਬਰਗੇਡੀਅਰ ਨਹੀਂ ਜੇ ਉਹਨੇ ਕਿਹਾ ਹੈ ਉਹਨੇ ਕਿ ਕਿਸ ਤਰ੍ਹਾਂ ਉਹਨੇ ਕਿਹਾ ਇਹ ਤੇ ਕੋਈ तरीके इंसाफ दे किसी कारकुन दा अकाउंट है ए नंबर ओ अफवा फला रहा, रहा, रहा। भी भी ए ए ए है اداریاں ਨੂੰ ਵੀ ਬਦਨਾਮ ਕਰ ਰਿਹਾ ਤੇ ਸਾਨੂੰ ਵੀ ਬਦਨਾਮ ਕਰ ਰਿਹਾ ਕਿ ਜੀ ਇਹ ਡੀਲ ਹੋ ਗਈ ਤੇ ਖਾਨ ਸਾਹਿਬ ਤੁਸੀਂ ਵਜ਼ੀਰ ਆਜ਼ਮ ਨਹੀਂ ਬਣ ਰਹੇ ਇਹ ਜਿੰਨੇ ਵੀ ਆ ਬੈਠੇ ਨੇ ਸਾਰੇ ਏ ਏ ਏ ਦਾ ਨਸ਼ਾ ਕੀਤਾ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਹੀ ਸਮਝੀ ਜਾ ਰਹੇ ਨੇ ਕਿ ਬਰਗੇਡੀਅਰ ਸਾਹਿਬ ਨੇ ਸਾਬਕਾ ਬਰਗੇਡੀਅਰ ਨੇ ਡੀਲ ਕਰਾ ਦਿੱਤੀ ਤੇ ਸਾਰਾ ਕੁਝ ਠੀਕ ਹੋ ਗਿਆ ਕੋਈ ਡੀਲ ਛਿਲ ਨਹੀਂ ਜੀ ਹੋਈ ਅਗਲੇ ਵਾਲੋ ਚਿੱਟਾ ਜਵਾਬ ਜ ਮੈਂ ਹੁਣੇ ਹੁਣੇ ਕਿਸੇ ਨਾਲ ਮੀਟਿੰਗ ਕਰਕੇ ਆਇਆ ਤੇ ਉਹਨਾਂ ਕਿਹਾ ਬਈ ਇਹ ਬਿਲਕੁਲ ਕਾਬਲੇ ਕਬੂਲ ਨਹੀਂ ਪਾਕਿਸਤਾਨ ਨੂੰ ਨਾ ਹੀ ਤਰੀਕੇ ਇਨਸਾਫ ਤੇ ਨਾ ਹੀ Imran Khan ਤੇ 30 ਨਵੰਬਰ ਤੱਕ ਤੁਹਾਡੀ ਜੇਲ੍ਹ ਜਾਣ ਦੀ ਤਿਆਰੀ ਹੋ ਰਹੀ ਹੈ ਔਰ ਅਡਿਆਲਾ ਦੇ ਵਿੱਚ ਤੁਹਾਡਾ ਕਮਰਾ ਤਿਆਰ ਹੋ ਚੁੱਕਿਆ ਤੇ ਲਿਹਾਜ਼ਾ ਤੁਹਾਡੀ ਨਾਅਹਲੀ ਵੀ ਹੋ ਰਹੀ ਹੈ ਔਰ ਤੁਸੀਂ ਜੇਲ੍ਹ ਵੀ ਜਾ ਰਹੇ ਹੋ ਜਿੰਨੇ ਕੋ ਤੁਹਾਡੇ ਤੇ ਮੁਕਦਮਾਤ ਨੇ ਜਿੰਨੇ ਕੋ ਤੁਹਾਡੇ ਨੇਕ ਕੰਮ ਨੇ ਇਹ ਸਾਰੇ ਦੇ ਸਾਰੇ ਹੁਣ ਬਾਹਰ ਨਿਕਲਨੇ ਨੇ ਔਰ ਤੁਹਾਡਾ ਬਚਣਾ ਖਾਨ ਸਾਹਿਬ ਨਾ ਮਮਕਨ ਹੈ ਇਹ ਇਹ ਜਿਹਨਾਂ ਨਸ਼ਾ ਕੀਤਾ ਜਿਹੜੇ ਤੁਹਾਡੇ ਆ ਚਾਪਲੂਸ ਨੇ ਇਹਨਾਂ ਨੂੰ ਦੱਸੋ ਆਪ ਹੀ ਕਿ ਇਹ ਅਸਲੀ ਸਾਬਕਾ ਬਰਗੇਡੀਅਰ ਨਹੀਂ ਇਹ ਤੇ ਤਰੀਕੇ ਇਨਸਾਫ ਦੇ ਕਿਸੇ ਕਾਰਕੁਨ ਦਾ ਨੰਬਰ ਹੈ ਜਿਹਨੇ ਇਹ ਝੂਠੀ ਖਬਰ ਜਿਹੜੀ ਹੈ ਇਹ ਫੈਲਾਈ ਹੈ ਤੇ ਤੁਸੀਂ ਸਾਰੇ ਟਵਿੱਟਰ ਤੇ ਲੱਗ ਗਿਆ ਕੋਈ ਖਾਨ ਵਾਪਸ ਆ ਰਿਹਾ ਔਰ ਵਜ਼ੀਰ ਆਜ਼ਮ ਹੋ ਰਿਹਾ ਔਰ 3 ਨਵੰਬਰ ਨੂੰ ਹਲਫ ਉਠਾ ਰਿਹਾ ਤੇ ਇਹ ਸਭ ਝੂਠ ਜੇ ਖਾਨ ਸਾਹਿਬ 3 ਨਵੰਬਰ ਨੂੰ ਤੁਸੀਂ ਹਲਫ ਤੇ ਉਠਾ ਰਹੇ ਹੋ ਜੇਲ੍ਹ ਜਾ ਕੇ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਦੀ وزارت ਤੇ ਉਜ਼ਮਾ ਦਾ ਔਰ ਮੈਨੂੰ ਪੂਰਾ ਯਕੀਨ ਹੈ ਕਿ 30 ਨਵੰਬਰ ਤੱਕ ਇਹ ਜੇਲ੍ਹ ਚ ਹੋਏਗਾ ਯੂਥੀਆ ਹੋਣ ਜ਼ਰਾ ਅੱਗੇ ਅੱਗੇ ਆ ਜਾਏ ਬਹੁਤ ਸ਼ੁਕਰੀਆ